वाहेगुरु जी की फतेह। नासरो मनसूर गुर गोबिंद सिंह इज़दी मंजूर गुर गोबिंद सिंह हक रा गंजूर गुर गोबिंद सिंह जुमला फैज़े नूर गुर गोबिंद सिंह हक हक आदेश गुर गोबिंद सिंह बादशाह दरवेश गुर गोबिंद सिंह तन तन साहिबे कमाल अमृत के दाते पंथ दे वाली सरबंस दानी कलगीधर दशमेश पिता धन धन श्री गुरु गोबिंद सिंह साहब जी महाराज जी दे पावन पवित्र महान तख्त तख्त श्री दमदमा साहिब जी विखे सुभायमान गुरु रूप गुरु खालसा सात संगत जीओ सतगुर साहबां जी दे पावन पवित्र चरण कमला पास हाजरी लवाउंदियां होया गद के फतेह बुलाओ। वाहिगुरु जी का खालसा वाहिगुरु जी की फतेह। दमदमी टकसाल दे 16वें मुखी श्रीमान संत ज्ञानी हरनाम सिंह जी खालसा पिंडरां वाले महापुरखां वल्लों आप समुचियां संगतां दे सहयोग दे नाल दमदमी टकसाल दा स्थापना दिवस तख्त साहिब जी उपर बड़ी श्रद्धा भावना अते उत्साह दे नाल मनाया जा रहा है। जिथे इन्हां समागमां दे विच बेअंत संगतां ने हाजरियां भरियां उत्थे सिख पंथ दी मायनाज़ हस्ती अति सत्कारयोग सचखंड श्री हरिमंदर साहिब जी दे मुख ग्रंथी और श्री अकाल तख्त साहिब जी दे जथेदार सत्कारयोग सिंह साहिब ज्ञानी रघबीर सिंह जी और तख्त श्री दमदमा साहिब जी दे जथेदार सत्कारयोग ज्ञानी हरप्रीत सिंह जी बुढ़ा दल दे जथेदार सत्कारयोग श्रीमान बाबा बलबीर सिंह जी संत ज्ञानी हरनाम सिंह जी खालसा और बेअंत संगतां हाजरियां भर रहियां हन। संगत जी टकसाल कहिंदे किन्ने ने टकसाल दे विच विद्वान कहिंदे ने कि सिक्के घड़े जांदे ने पर दमदमी टकसाल दे विच विद्वान गुरमुख पैदा कीते जांदे ने। धन साहिब श्री गुरु गोबिंद सिंह साहिब जी महाराज जदों अपने पावन पवित्र अस्थाना उत्ते अपने सिंघासना उत्ते विराजमान सन इतिहास आप जी नूं सब पता है कि एक गुरसिख ने गुरबाणी पढ़दिआं इह बचन कहे सन करते की मित करता जाने कहे जाने गुरसूरा और सिखां ने उत्थे उस गुरमुख नूं ताड़ना कीती सी। धन साहिब श्री गुरु गोबिंद सिंह साहिब जी महाराज जी ने बचन कहे सन इह गुरबाणी साडे अंग हन ਇਹ ਤੋਂ ਬੜਾ ਵੱਡਾ ਅਨਰਥ ਕੀਤਾ ਜਿੱਥੇ ਗੁਰਬਾਣੀ ਸੀ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਉੱਥੇ ਉਸ ਗੁਰਸਿੱਖ ਨੇ ਕੀ ਪੜ ਦਿੱਤਾ ਸੀ। ਉਹ ਸਿੱਖਾਂ ਨੇ ਬੇਨਤੀ ਕੀਤੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿ ਸਤਿਗੁਰ ਜੀ ਕਿਰਪਾ ਕਰੋ ਸਾਨੂੰ ਸਮਤ ਬਖਸ਼ੋ ਸਾਨੂੰ ਗੁਰਬਾਣੀ ਦੀ ਸ਼ੁੱਧ ਸੰਥਿਆ ਕਰਵਾਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਹੇ ਕਿ ਜਦੋਂ ਅਸੀਂ ਜੰਗਾਂ ਜੁੱਤਾਂ ਤੋਂ ਵਿਹਲੇ ਹੋਵਾਂਗੇ ਉਸ ਵੇਲੇ ਅਸੀਂ ਗੁਰਬਾਣੀ ਦੀ ਸੰਥਿਆ ਆਪਣੇ ਗੁਰਸਿੱਖਾਂ ਨੂੰ ਕਰਵਾਵਾਂਗੇ। ਜੰਗਾਂ ਜੁੱਤਾਂ ਤੋਂ ਵਿਹਲੇ ਹੋ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਇਸ ਪਾਵਨ ਪਵਿੱਤਰ ਅਸਥਾਨਾਂ ਉੱਤੇ ਚਰਨ ਪਾਏ ਕਮਰ ਕੱਸਾ ਖੋਲਿਆ ਉਸ ਵੇਲੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਇਸ ਅਸਥਾਨ ਉੱਤੇ ਸੰਪੂਰਨ ਕੀਤਾ। ਧੰਨ ਧੰਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕਰਕੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਇਸ ਅਸਥਾਨ ਉੱਤੇ ਸਹਾਇਕ ਲਿਖਾਰੀ ਲਾ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪੂਰਨਤਾ ਕੀਤੀ।
ਜਦੋਂ ਦੱਖਣ ਵੱਲ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਸਥਾਨ ਤੋਂ ਚਾਲੇ ਪਾਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਇਸ ਸਥਾਨ ਉੱਤੇ ਦਮਦਮੀ ਟਕਸਾਲ ਦੀ ਆਰੰਭਤਾ ਕਰਕੇ ਪਹਿਲੇ ਮੁਖੀ ਥਾਪਿਆ ਔਰ ਸਮੇਂ ਸਮੇਂ ਅਨੁਸਾਰ ਦਮਦਮੀ ਟਕਸਾਲ ਦੇ ਮੁਖੀ ਸਹਿਬਾਨਾਂ ਵੱਲੋਂ ਸੀਨੇ ਬਸੀਨੇ ਗੁਰਬਾਣੀ ਦੀ ਕਥਾ ਇਤਿਹਾਸ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾਈ ਗਈ। ਜਦੋਂ ਸਮਾਂ ਬਣਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਤੁਰਕਾਂ ਵੱਲੋਂ ਬੇਅਦਬੀ ਕੀਤੀ ਗਈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਉਸ ਸਮੇਂ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਹੱਥ ਵਿੱਚ ਖੰਡਾ ਲੈ ਕਰਕੇ ਉਹਨਾਂ ਤੁਰਕਾਂ ਦਾ ਨਾਸ਼ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੋ ਮੁਗਲਾਂ ਨੂੰ ਆਜ਼ਾਦ ਕਰਵਾਇਆ। ਜਦੋਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸ ਅਸਥਾਨ ਉੱਤੇ ਹੀ ਚਾਰ ਪਾਵਨ ਪਵਿੱਤਰ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਆਪਣੇ ਹੱਥੀ ਲਿਖੇ ਔਰ ਚਾਰ ਤਖਤਾਂ ਉੱਪਰ ਸੁਭਾਏ ਮਾਨ ਕੀਤੇ। ਸੀਨੇ ਪਸੀਨੇ ਇਸੇ ਤਰ੍ਹਾਂ ਹੀ ਮਹਾਂਪੁਰਖਾਂ ਵੱਲੋਂ ਸੰਗਤਾਂ ਨੂੰ ਕਥਾ ਸਰਵਣ ਕਰਵਾਈ ਗਈ। ਜਦੋਂ ਵੀ ਟਕਸਾਲ ਦੇ ਮੁਖੀਆਂ ਵੱਲੋਂ ਮਹਾਨ ਸੇਵਾਵਾਂ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਮੌਕਾ ਨਹੀਂ ਛੱਡਿਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਬਾਬਤ ਆਪ ਸਾਰੀਆਂ ਸੰਗਤਾਂ ਚੰਗੀ ਤਰ੍ਹਾਂ ਜਾਣੂ ਹੋ, 1984 ਦੇ ਵਿੱਚ ਭਾਰਤੀ ਫੌਜਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਟੈਂਕਾਂ ਤੋਪਾਂ ਗੋਲੀਆਂ ਦਾ ਨਿਸ਼ਾਨਾ ਬਣਾਇਆ, ਬੇਅੰਤ ਸੰਗਤਾਂ ਨੂੰ ਸ਼ਹੀਦ ਕੀਤਾ। ਉਸ ਸਮੇਂ ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹਨਾਂ ਜ਼ਾਲਮਾਂ ਦਾ ਡਟ ਕੇ ਮੁਕਾਬਲਾ ਕੀਤਾ, ਬਹੁਤ ਸਾਰੇ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਆਪ ਉੱਥੇ ਸ਼ਹਾਦਤ ਪ੍ਰਾਪਤ ਕੀਤੀ। ਹੁਣ ਇਸ ਸਮੇਂ 16ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੋ ਪਹਿਲੇ ਮੁਖੀ ਹੋਏ ਸਨ ਟਕਸਾਲ ਦੇ ਉਹਨਾਂ ਦੀ ਗੱਦੀ ਉੱਪਰ ਵਿਰਾਜਮਾਨ ਹਨ। ਬੜੀ ਮਿਹਨਤ ਕੀਤੀ ਉਹਨਾਂ ਵੱਲੋਂ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਿਨ੍ਹਾਂ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਰਿਕਾਰਡ ਹੈ, ਉਹ ਸਾਰੀ ਕਥਾ ਸੁਣ ਕੇ ਕੱਲਾ ਕੱਲਾ ਅੱਖਰ ਇੱਕ ਇੱਕ ਪੰਕਤੀ ਦੇ ਕਈ ਕਈ ਅਰਥ ਕਰਕੇ ਜੋ ਮਹਾਂਪੁਰਖਾਂ ਨੇ ਸੰਗਤਾਂ ਨੂੰ ਸਰਵਣ ਕਰਵਾਏ, ਜਿਹੜੀਆਂ ਪੋਥੀਆਂ, ਜਿਹੜਾ ਟੀਕਾ ਪਿਛਲੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਰਿਲੀਜ਼ ਕੀਤਾ ਗਿਆ, ਉਹ ਟੀਕਾ ਤਿਆਰ ਕੀਤਾ ਔਰ ਸੰਗਤਾਂ ਦੇ ਸਪੁਰਦ ਕੀਤਾ। ਬੜੀ ਵੱਡੀ ਸੇਵਾ ਹੈ ਦਮਦਮੀ ਟਕਸਾਲ ਦੀ। ਮੈਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ, ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਦਿੰਦਾ ਹਾਂ। ਇੰਨੀ ਹਾਜ਼ਰੀ ਦਾਸ ਦੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ।